इंटरनेशनल पंथक दल के किसान बचाओ मोर्चा के प्रधान भाई लखविंदर सिंह के नाल धार्मिक विंग प्रधान बाबा सतनाम सिंह वलिया अते होर साथियों ने वालों अडानी शैलर के अगे मोर्चा लगाया गया सी। जिस तो बाद उत्थे काम करते तकरीबन 30-40 पंजाबियों बाहर कर दिता गया, जिसनों देखदा यह फैसला लिया गया है कि अडानी के शैलर विचों काम करते पंजाबियों नौकरी तो बाहर करने के रोस वजों शैलर पक्के तौर पर बंद किया जाएगा। इस बारे जानकारी देंदे भाई लखविंदर सिंह ने की कहा, आओ देखते हैं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੈ ਕਿ ਜੋ ਕਾਲੇ ਕਾਨੂੰਨਾਂ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ, ਉਹ ਸੰਘਰਸ਼ ਕੜੀ ਦੇ ਤਹਿਤ ਜਿਹੜਾ ਫਿਰੋਜ਼ਪੁਰ ਵਾਹ ਜਿਹੜਾ ਅਡਾਨੀਆਂ ਦੇ ਗੋਦਾਮ ਦੇ ਅੱਗੇ ਸ਼ੈਲਰ ਦੇ ਅੱਗੇ ਧਰਨਾ ਚੱਲ ਰਿਹਾ ਸੀ ਸਮੂਹ ਜਥੇਬੰਦੀਆਂ ਦੇ। ਔਰ ਅੱਜ ਵੇਖੋ ਜਿੱਥੇ ਸੈਂਟਰ ਗੌਰਮੈਂਟ ਪੰਜਾਬ ਨਾਲ ਧੱਕਾ ਕਰ ਰਹੀ ਆ, ਇਹ ਕਰਾ ਰਹੇ ਨੇ ਅਡਾਨੀ ਬਾਨੀ। ਔਰ ਅੱਜ ਜਿਹੜਾ ਇੱਕ ਨਵਾਂ ਇਹਨਾਂ ਸਾਡੇ 'ਤੇ ਭਾਰ ਚੜਾਇਆ ਪੰਜਾਬੀਆਂ 'ਤੇ, ਸਾਡੇ ਜਿਹੜੇ ਨੌਜਵਾਨ ਬੱਚੇ ਅੰਦਰ ਕੰਮ ਕਰਦੇ ਸਾਡੇ ਵੀਰ ਇਸ ਸ਼ੈਲਰ ਦੇ ਅੰਦਰ, ਉਹਨਾਂ ਇਸ ਧਰਨੇ ਦੇ ਮੱਦੇਨਜ਼ਰ ਇਹਨਾਂ ਨੂੰ ਇਸ ਕਰਕੇ ਬਾਹਰ ਕੱਢਤਾ ਵੀ ਤੁਸੀਂ ਤੁਹਾਡੇ ਪੰਜਾਬੀਆਂ ਨੇ ਬਾਹਰ ਧਰਨਾ ਲਾਇਆ, ਅਸੀਂ ਤੁਹਾਨੂੰ ਨਹੀਂ ਰੱਖ ਸਕਦੇ ਅੰਦਰ। ਸੋ ਅਸੀਂ ਪ੍ਰਸ਼ਾਸਨ ਨੂੰ ਔਰ ਸ਼ੈਲਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੇ ਤਾਂ ਸਾਡਾ ਸਵੇਰ ਤੱਕ ਇਹਨਾਂ ਸਾਡੇ ਵੀਰਾਂ ਮਜ਼ਦੂਰ ਵੀਰਾਂ ਦਾ ਹੱਲ ਨਾ ਹੋਇਆ, ਇਹ ਸਾਡੇ ਨਾਲ ਧਰਨੇ 'ਚ ਬੈਠੇ, ਅਸੀਂ ਸ਼ੈਲਰ ਪੂਰਨ ਤੌਰ 'ਤੇ ਬੰਦ ਕਰਾਂਗੇ, ਜਿਹੜਾ ਅੰਦਰ ਜਾ ਕੇ ਅਸੀਂ ਮਸ਼ੀਨਰੀ ਬੰਦ ਕਰਾਂਗੇ, ਕਿਉਂਕਿ ਇਹਨਾਂ ਅੱਜ ਇਹਨਾਂ ਨੂੰ ਬਾਹਰ ਕੱਢ ਕੇ ਅਤੇ ਵਿਚਾਰਿਆਂ ਨੂੰ ਔਰ ਲੇਬਰ ਜਿਹੜੀ ਬਾਹਰੋਂ ਮੰਗਾ ਲਈ ਬਿਹਾਰ 'ਚੋਂ ਯੂਪੀ ਵਿੱਚੋਂ ਟਰੱਕ 'ਤੇ ਲਿਆ ਕੇ ਅੰਦਰ ਲੇਬਰ ਇਹਨਾਂ ਦੀ ਜਗ੍ਹਾ 'ਤੇ ਲਾ ਲਈਏ। ਸੋ ਇਸ ਦਾ ਅਸੀਂ ਵਿਰੋਧ ਕਰਦੇ ਹਾਂ, ਔਰ ਜੇ ਸਵੇਰ ਤੱਕ ਇਹਨਾਂ ਦਾ ਵਾਪਸ ਇਹਨਾਂ ਨੂੰ ਨਾ ਬੁਲਾਇਆ ਗਿਆ ਨੌਕਰੀ 'ਤੇ, ਅਤੇ ਅਸੀਂ ਇਹਨਾਂ ਦੀ ਥਾਂ 'ਤੇ ਜਿਹੜਾ ਇਹਨਾਂ ਦਾ ਛੋਟਾ ਗੇਟ ਹੈ ਜਿਹੜਾ ਆਵੀ ਜਿਹੜੀ ਰੱਖਿਆ ਸੀ, ਚਲੋ ਆਪਣੇ ਪੰਜਾਬੀ ਬੰਦੇ ਕੰਮ ਕਰਦੇ ਸੀ ਅੰਦਰ, ਸੋ ਇਹ ਗੇਟ ਵੀ ਪੂਰਨ ਤੌਰ 'ਤੇ ਇਹ ਵੀ ਅਤੇ ਅੰਦਰ ਜਿਹੜਾ ਫੈਕਟਰੀਆਂ ਉਹ ਵੀ ਬੰਦ ਕਰਾਂਗੇ ਜੀ। ਭਾਅ ਜੀ ਅਸੀਂ ਆਏ ਸੀਗੇ ਜੀ ਇੱਥੇ ਨੌਕਰੀ ਕਰ ਰਹੇ ਹਾਂ, ਸਾਨੂੰ ਇਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਤੁਹਾਨੂੰ ਸਭ ਕੁਛ ਇੱਥੇ ਮਿਲੇਗਾ, ਠੀਕ ਹੈ, 45 ਦਿਨਾਂ ਤੋਂ ਬਾਅਦ ਸਾਨੂੰ ਪੈਸੇ ਮਿਲਦੇ ਆ, ਪੈਸੇ ਤੋਂ ਵੀ ਬਹੁਤ ਤੰਗ ਇੱਥੇ, ਠੀਕ ਹੈ, ਪੈਸਿਆਂ ਤੋਂ ਵੀ ਬਹੁਤ ਤੰਗ ਅਸੀਂ ਇੱਥੇ, ਅਤੇ ਅੱਜ ਇਹਨਾਂ ਨੇ ਲਿਆਂਦੇ ਆ ਇੱਥੇ ਭਈਏ ਆ ਗਏ ਇੱਥੇ ਕੰਮ ਵਾਸਤੇ, ਅਤੇ ਇਹਨਾਂ ਨੇ ਸਾਨੂੰ ਕੋਈ ਵਾਰਨਿੰਗ ਨਹੀਂ ਕੋਈ ਕੁਛ ਨਹੀਂ ਕੀਤਾ, ਸਾਰਿਆਂ ਨੂੰ ਬਾਹਰ ਕੱਢ ਦਿੱਤਾ, ਅਸੀਂ ਪਰਿਵਾਰ ਵਾਲੇ ਹਾਂ, ਠੀਕ ਹੈ ਜੀ, ਅਤੇ ਅਸੀਂ ਅੱਜ ਕਿਸਾਨ ਯੂਨੀਅਨ ਦੇ ਨਾਲ ਬੈਠੇ ਹਾਂ, ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਸਾਡੀ ਇਹ ਰਿਕੁਐਸਟ ਸੁਣ, ਠੀਕ ਹੈ ਜੀ, ਧੰਨਵਾਦ। ਕਿੰਨੇ ਬੰਦੇ ਕੱਢੇ? ਇਹ ਹੈਗੇ ਜੀ 35-40 ਜਣੇ ਜੀ, ਜਿਹੜੇ ਦਿਨ ਦੇ ਬਾਕੀ ਰਾਤ ਕਿਸਾਨ ਮਜ਼ਦੂਰ ਅਡਾਨੀ ਅਬਾਨੀ ਅਡਾਨੀ ਅਬਾਨੀ ਅਸੀਂ ਹੱਕ ਲੈ ਕੇ